ਓਏ ਜਦੋਂ ਮਜ਼ਾ ਆਣ ਗਿਆ ਬੰਦ ਕਰਦੇ ਸਾਲਿਆ ਕੋਈ ਹਾਲ ਤੇ ਵੇਖੋ ਇੱਕ ਬੰਦਾ ਵਿੱਚ ਕਰਦਾ ਆ ਆ ਕੋਈ ਹਾਲ ਨੀ ਜਿੱਥੇ ਮਜ਼ਾ ਆਉਣ ਲੱਗਾ ਬੰਦ ਕਰ ਦਿੱਤਾ ਪਤਾ ਕਿੰਨਾ ਮੁਸ਼ਕਿਲ ਇਹਨਾਂ ਨੂੰ ਮਜ਼ਾ ਦੇਣਾ ਹੈਲੋ ਉਹਦੀ ਗੱਲ ਤਮੀਜ਼ ਨਾਲ ਬਦਤਮੀਜ਼ੀ ਨਹੀਂ ਥੱਲੇ ਬੈਠ ਕੇ ਬੰਦੇ ਚੜਾਉਂਦੇ ਰਵਾਂਗੇ ਫਿਰ ਅਸਲ ਤੇਰਾ ਕੰਮ ਹੀ ਹੈ ਅੱਛਾ ਬੰਦਾ ਆ ਗਿਆ ਚੜਾਓ ਬੂਆ ਵੀ ਖੁੱਲਾ ਝਾਕਾ ਵੀ ਖੁੱਲਾ ਖੁੱਲਾ ਵੀ ਖੋਲੀਏ ਖੋਲ ਸਕਦੇ ਜਨਾਬ ਬਾਬਾ ਬਾਜੀ ਹੀਰਾ ਮੰਡੀ ਕੋਠੇ ਤੇ ਹੁੰਦੇ ਜਿਹੜੀ ਔਰਤ ਨਹੀਂ ਨੱਚਦੀ ਉਹਦੇ ਘੁੰਗਰੂ ਖਾ ਜਾਂਦੇ ਬਾਬਾ ਜੀ ਉਹ ਮੁੰਡਿਆ ਤੂੰ ਖੁਰਸ਼ੈਦੀ ਪੌਂਡ ਵਾਲੇ ਦਾ ਪੁੱਤਰ ਅਜੀਬ ਅੱਛਾ ਆਪਣਾ ਇੱਕ ਫਿਰਦੀ ਪਈ ਮੁੰਡਿਆ ਇਹ ਕੰਮ ਸ਼ੁਰੂ ਕੀਤਾ ਚੰਗਾ ਤੂੰ ਕਿਹੜਾ ਇਹ ਜਿਹੜੀਆਂ ਘਰਾਂ ਚ ਹੋਮ ਡਿਲੀਵਰੀਆਂ ਦੇਣ ਲੱਗ ਪਿਆ ਤੂੰ ਬਾਬਾ ਜੀ ਬਾਬਾ ਜੀ ਬਹੁਤ ਥੋੜਾ ਮੈਂ ਤੁਹਾਡੇ ਕੋਲ ਆਪ ਮਿਲਣ ਆਇਆ ਇੱਥੇ ਉਹ ਬਾਸ਼ ਲੜਕਾ ਨਿਕਲ ਜਾ ਇੱਥੋਂ ਮੈਂ ਲੱਗ ਸੋਟੀ ਮਾਰਾਂਗਾ ਦਾਦਾ ਇੱਥੇ ਖਲੋਤਾ ਸੀ ਤੁਸੀਂ ਕਿੱਥੇ ਸੋ ਫੜੇਗੀ ਹੋਣਾ ਮੈਂ ਇੱਥੇ ਸਾਹਿਬ ਤੇ ਮੈਂ ਇਹਨਾਂ ਦੱਸ ਦਿੱਤਾ ਕਿ ਮੈਂ ਬੜੀ ਦੂਰੋਂ ਆਈ ਜੇ ਲੇਕਿਨ ਕਮਰ ਚ ਹੱਥ ਨਹੀਂ ਸੀ ਇਹਨਾਂ ਦਾ ਉਹਨਾਂ ਨੇ ਕਮਰ ਚ ਹੱਥ ਨਹੀਂ ਪਾਇਆ ਨਹੀਂ ਨਹੀਂ ਚਲੋ ਦੁਬਾਰਾ ਕਰ ਲੈਨੇ ਜੀ ਮੈਂ ਉਹ ਨਾ ਆ ਗਿਆ ਮੈਨੂੰ ਸਮਝ ਆ ਗਈ ਕੀ ਮਸਲਾ ਕੁੜੀ ਤੇਰਾ ਨਹੀਂ ਕੁਛ ਵੀ ਨਹੀਂ ਮੇਰੇ ਪਿਓ ਨੂੰ ਆ ਕੇ ਗੰਦਾ ਕਰਾਤੀ ਉਹ ਤਾਂ ਪੁੱਤ ਅੱਜ ਤੱਕ ਉਹਦੇ ਅੱਗੇ ਬੋਲਿਆ ਹੀ ਨਹੀਂ ਅੱਜ ਦਾਦੇ ਦੀ ਬਿਸਤਰੀ ਕਿਦਾਂ ਪਿਆ ਹੈ ਤੁਹਾਡੇ ਕੀ ਕੁੜੀਆਂ ਹੋਣਗੀਆਂ ਇਸ ਤਰ੍ਹਾਂ ਮੇਰੀ ਗੱਲ ਸੁਣ ਮੈਂ ਥੱਪੜ ਮਾਰਾਂ ਤੇਰੇ ਮੂੰਹ ਤੇ ਚੱਲ ਗਿਆ ਤੂੰ ਚੱਲ ਤੂੰ ਮੈਨੂੰ ਜਾਣਦੀ ਨਹੀਂ ਹੈ ਤੂੰ ਮੇਰਾ ਪਿਓ ਨਹੀਂ ਜਾਣਦੀ ਹੈ ਤੂੰ ਮੈਨੂੰ ਜਾਣਦੀ ਮੈਂ ਆਪਣੇ ਆਵਾਜ਼ ਦਿੱਤੀ ਕਿ ਘੋੜੇ ਤੇ ਆਏਗਾ ਤਲਵਾਰ ਲੈ ਕੇ ਉਹ ਆਪਣੇ ਹੀ ਪਤਾ ਕੋਈ ਮਜ਼ੇ ਲੈਣ ਲੱਗ ਪਏ ਇੱਥੇ ਆ ਕੇ ਅੱਬਾ ਜੀ ਜਿਆਦੀ ਹੈ ਸ਼ਰਮ ਕਰੋ ਉਹ ਕਾਹਦੀ ਸ਼ਰਮ ਕਰਾਂ ਮੈਂ ਕੀਤਾ ਕੀ ਇੱਥੇ ਦੂਸਰੀ ਕੁੜੀ ਦੇ ਪਿੱਛੇ ਫਿਰਿਆ ਤੁਹਾਡੀ ਬੀਵੀ ਦੀ ਹਰਕਤ ਦੱਸਾਂ ਮੈਂ ਕੀ ਕੀਤਾ ਇੱਥੇ ਖਬਰਦਾਰ ਜੇ ਮੇਰੀ ਬੀਵੀ ਦੇ ਬਾਰੇ ਚੱਕ ਲਫਾਜ਼ ਵੀ ਬੋਲਿਆ ਉਹ ਦੱਸਾਂ ਤੇਰੀ ਬੁੱਢੀ ਉਹ ਵੀ ਕੋਈ ਏਡੀ ਨੇਕ ਪ੍ਰਵੀਨ ਨਹੀਂ ਚਲੋ ਤੁਸੀਂ ਵੀ ਰਹਿਣ ਦਿਓ ਮੈਂ ਵੀ ਨਹੀਂ ਦੱਸਦਾ ਉਹ ਮੈਨੂੰ ਤਾਂ ਦੱਸੋ ਵਿੱਚੋਂ ਆਪਣਾ ਕੀ ਮਸਲਾ ਕੀ ਕੁੜੀ ਤੇਰਾ ਐਕਚੁਅਲੀ ਮੈਂ ਰਾਬੀਆ ਲੈਣ ਆਈ ਆ ਜੇ ਰਾਬੀਆ ਅਰੇਂਜ ਨਾ ਹੋਵੇ ਤੇ ਗਫੂਰ ਦੇ ਦਈਏ ਸ਼ਾਬਾ ਗਫੂਰ ਦੇ ਦਈਏ ਤੇ ਸਾਡਾ ਸ਼ਕੂਰ ਇੱਥੇ ਵਿਹਲਾ ਫਿਰਦਾ ਰਹੇ ਹਾਂ ਗਫੂਰ ਸ਼ਕੂਰ ਦੋਵੇਂ ਹਕੀਮ ਵਾਲੇ ਕੁੱਤਾ ਹਕੀਮ ਦਾ ਕੀ ਮਤਲਬ
ਉਹ ਮੇਰੇ ਅੱਬਾ ਜੀ ਦੀ ਪਹਿਲੇ ਹਕੀਮ ਦੀ ਦੁਕਾਨ ਸੀ। ਦਾਦਾ ਜੀ ਦੀ ਹਕੀਮ ਦੀ ਦੁਕਾਨ ਸੀ, ਅਸੀਂ ਲਾੜੇ ਤਿਆਰ ਕਰਦੇ ਸੀ। ਹਾਂ ਫਿਰ ਅਸੀਂ 15 ਦਿਨ ਬਾਅਦ ਹੀ ਕੰਮ ਛੱਡ ਦਿੱਤਾ। ਉਹ ਇੱਕ ਲਾੜਾ ਦਵਾਈ ਖਾ ਕੇ ਦਾਦੇ ਨੂੰ ਕਹਿੰਦਾ ਮੇਰੀ ਟਰਾਈ ਲਵੋ। ਜੀ ਕਿਹੜਾ ਤੇਰਾ ਰਿੰਗ ਸਿਸਟਮ ਪਾਇਆ? ਫਿਰ ਦੇਣੀ ਪਈ ਜੀ ਕੁਰਬਾਨੀ। ਫਿਰ ਮੈਂ ਆਪਣਾ ਪੋਤਾ ਉਹਨੂੰ ਦਿੱਤਾ ਲਬਾਰਟਰੀ ਦੇ ਤੌਰ ਤੇ। ਇਹ ਦੁਕਾਨ ਬੰਦ ਕਰ ਦਿਓ, ਤੁਸੀਂ ਉਹ ਮਹਿਮਾਨ। ਕੀ ਪੀਓਗੇ? ਮਹਿਮਾਨ ਦੀ ਰਹਿਮਤ ਹੁੰਦੇ ਨੇ, ਉਹਨਾਂ ਦੀ ਖਿਦਮਤ ਕਰਨੀ ਚਾਹੀਦੀ ਹੈ। ਛੱਡੋ, ਕੀ ਪੀਣਾ ਦੱਸੋ? ਨਾਰਾਜ਼ ਨਾ ਹੋ, ਇਸ ਤਰ੍ਹਾਂ ਨੀ ਕਹਿੰਦੇ ਨਾ। ਦੱਸੋ ਪੀਣਾ ਕੀ ਹੈ? ਅੱਛਾ, ਫਿਰ ਇਸ ਤਰ੍ਹਾਂ ਕਰੋ ਕਿ ਰੈਡ ਬੁਲ ਪਿਲਾ ਦਿਓ। ਰੈਡ ਬੁਲ? ਰੈਡ ਬੁਲ ਔਰ ਚਿਲਡ ਹੋਵੇ। ਚਿਲਡ? ਚਿਲਡ ਰੈਡ ਬੁਲ? ਯੈਸ। ਲੋ ਹੁਣੇ ਕਿਹੜੀ ਗੱਲ ਹੈ ਹੜ ਪੁੱਤ, ਇਹ ਕਿਹੜਾ ਮਸਲਾ? ਲੈ ਪਕਾਈ। ਹੈਲੋ ਜੀ, ਇਹ ਕੀ ਹੈ? ਆਪੇ ਤਾਂ ਰੈਡ ਬੁਲ ਗਿਆ। ਇਹ ਰੈਡ ਬੁਲ? ਚਿਲਡ ਚਿਲਡ ਠੰਡੇ ਦੇਖ ਲੋ ਜੀ, ਜਾਨਵਰ ਵੱਡੇ ਪਾ ਰਹੇ ਹੋ, ਜੋ ਮੰਗਿਆ ਉਹ ਜੋ ਮੰਗਿਆ ਦੇਤਾ। ਦਾਦਾ ਜੀ ਤੁਸੀਂ ਵੀ ਬਜ਼ੁਰਗੀ ਦੀ ਇੰਤਹਾ ਕਰਤੀ ਹੈ, ਰੈਡ ਬੁਲ ਪੀਣ ਵਾਲੀ ਹੁੰਦੀ ਹੈ। ਅੱਛਾ 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 ਅੱਛਾ, ਤੁਸੀਂ ਬਾਂਦਰ ਦਾ ਪੁੱਠਾ ਪਾਸਾ ਬਣ ਗਏ। ਤੁਸੀਂ ਹੱਸਣ ਦੇ ਹੋ, ਹੁਣ ਮੇਰੇ ਜ਼ਿਹਨ ਚ ਬਾਂਦਰ ਪੁੱਠੇ ਪਾਸੋਂ ਆਇਆ। ਬਗੈਰ ਤਾਂ ਮੇਰੇ ਫੁੱਲ ਮੇਰੇ ਦਿਲੋਂ ਲਾਹ ਪਈ। ਜਾਓ ਦਾਦਾ ਜੀ, ਸੁਖੀ ਲਾ ਕੇ 30 ਰੁਪਏ ਘੰਟੇ ਦਾ ਖੁਸਰਾ ਦਿੰਦਾ। ਨਿਕਲੀ ਬਸ ਤੁਹਾਡੀਆਂ ਹੀ ਪੌੜੀਆਂ ਚੜ੍ਹਨਾ, ਤੇ ਜੇ ਨਾ ਨਿਕਲੀ ਤੇ ਥੱਲੇ ਬੈਠ ਕੇ ਬੰਦੇ ਚੜਾਉਂਦੇ ਰਵਾਂਗੇ। ਫਿਰ ਅਸਲ ਤੇਰਾ ਕੰਮ ਹੀ ਹੈ। ਅੱਛਾ ਭਾਈ ਜੀ, ਬੰਦਾ ਆ ਗਿਆ ਚੜਾਓ। ਕਿੱਥੇ
ਕਿੱਥੇ ਆ ਜਾਓ ਬੂਆ ਵੀ ਖੁੱਲਾ ਝਾਕਾ ਵੀ ਖੁੱਲਾ ਕੰਮ ਸ਼ੁਰੂ ਕੀਤਾ ਚੰਗਾ ਤੂੰ ਕਿਹੜਾ ਆ ਜਿਹੜੀਆਂ ਘਰਾਂ ਚ ਹੋਮ ਡਿਲੀਵਰੀਆਂ ਦੇਣ ਲੱਗ ਪਿਆ ਤੂੰ ਖਰਗੋਸ਼ ਵਰਗਾ ਮੂੰਹ ਤੇਰਾ ਲੰਘ ਗਿਆ ਇਹ ਨਲਾਇਕ ਮੁੰਡੇ ਮੁਹੱਲੇ ਦੇ ਤੁਸੀਂ ਕਿੰਨੇ ਨਾ ਫਿਰ ਰਹੇ ਹੋ ਜੀ ਬਾਬਾ ਜੀ ਹੁਕਮ ਕਰੋ ਜੀ ਬਾਬਾ ਜੀ ਹਾਂਜੀ ਮੈਂ ਨਾ ਬੜੀ ਦੂਰੋਂ ਆਈ ਜੇ ਅੱਛਾ ਜੀ ਹਾਂਜੀ ਬਾਬਾ ਜੀ ਦੱਸਾਂ ਕਿੱਥੋਂ ਕਿੱਥੋਂ ਸ਼ਰਾਰਤੀ ਮੇਰੇ ਕੋ ਕੁੜੀ ਫਸਾ ਕੇ ਚਲਾ ਗਿਆ ਯਾਰ ਝੂਠਾ ਦਾਦਾ ਜੀ ਇਹ ਤੁਹਾਡੀ ਉਮਰ ਅੱਜ ਨੀ ਮੈਂ ਤੁਹਾਨੂੰ ਕੁਛ ਨੀ ਨਾ ਕਹਿ ਸਕਦਾ ਅੱਜ ਨੀ ਤੁਸੀਂ ਬਚਣਾ ਆਪਣਾ ਪਿਓ ਨਾ ਸਦੀਓ ਅੱਜ ਮੈਂ ਸਾਰਿਆਂ ਨੂੰ ਦੱਸਾਂ ਪਾਪਾ ਜੀ ਸਹੀ ਮੇਰੀ ਕਿਹੜੀ ਜਿਸਮ ਫ੍ਰੀ ਦੇਖ ਲਈ ਮੈਂ ਜਦੋਂ ਉੱਥੋਂ ਆਇਆ ਨਾ ਹਾਂਜੀ ਤੇ ਦਾਦਾ ਇੱਥੇ ਖਲੋਤਾ ਸੀ ਤੁਸੀਂ ਕਿੱਥੇ ਸੋ ਫੜੇਗੀ ਹੋਣਾ ਮੈਂ ਇੱਥੇ ਸਾਹਿਬ ਤੇ ਮੈਂ ਇਹਨਾਂ ਦੱਸ ਦੇਸਾ ਕਿ ਮੈਂ ਬੜੀ ਦੂਰੋਂ ਆਈ ਜੇ ਲੇਕਿਨ ਕਮਰ ਚ ਹੱਥ ਨਹੀਂ ਸੀ ਇਹਨਾਂ ਦਾ ਉਹਨਾਂ ਨੇ ਕਮਰ ਚ ਹੱਥ ਨਹੀਂ ਪਾਇਆ ਨਹੀਂ ਨਹੀਂ ਚਲੋ ਦੁਬਾਰਾ ਕਰ ਲੈਨੇ ਜੀ ਮੈਂ ਉਹ ਨਾ ਆ ਜਾ ਮੈਨੂੰ ਸਮਝ ਆ ਗਈ ਕੀ ਮਸਲਾ ਕੁੜੀ ਤੇਰਾ ਨਹੀਂ ਕੁਛ ਵੀ ਮੇਰੇ ਪਿਓ ਨੂੰ ਆ ਕੇ ਗੰਦਾ ਕਰਾਤੀ ਉਹਦਾ ਪੁੱਤ ਅੱਜ ਤੱਕ ਉਹਦੇ ਅੱਗੇ ਬੋਲਿਆ ਹੀ ਨਹੀਂ ਅੱਜ ਦਾਦੇ ਦੀ ਬੀਸੀ ਕਿਦਾਂ ਪਿਆ ਹੈ ਤੁਹਾਡੇ ਕੀ ਕੁੜੀਆਂ ਹੋਣਗੀਆਂ ਇਸ ਤਰ੍ਹਾਂ ਮੈਂ ਥੱਪੜ ਮਾਰਾਂ ਤੇਰੇ ਮੂੰਹ ਤੇ ਚੱਲ ਗਿਆ ਤੂੰ ਚੱਲ ਤੂੰ ਮੈਨੂੰ ਜਾਣਦੀ ਨਹੀਂ ਹੈ ਤੂੰ ਮੇਰਾ ਪਿਓ ਸੀ ਜਾਣਦੀ ਹੈ ਤੂੰ ਮੈਨੂੰ ਜਾਣਦੀ ਘੋੜੇ ਜਾਏਗਾ ਤਲਵਾਰ ਲੈ ਕੇ ਉਹ ਆਪਣੇ ਹੀ ਪਤਾ ਕੋਈ ਮਜ਼ੇ ਲੈਣ ਲੱਗ ਪਿਆ ਇੱਥੇ ਆ ਕੇ ਅੱਬਾ ਜੀ ਜਿਆਦੀ ਹੈ ਸ਼ਰਮ ਕਰੋ ਉਹ ਕਾਹਦੀ ਸ਼ਰਮ ਕਰਾਂ ਮੈਂ ਕੀਤਾ ਕੀ ਇੱਥੇ ਦੂਸਰੀ ਕੁੜੀ ਦੇ ਪਿੱਛੇ ਫਿਰਿਆ ਤੁਹਾਡੀ ਬੀਵੀ ਦੀ ਹਰਕਤ ਦੱਸਾਂ ਕੀ ਕੀਤਾ ਇੱਥੇ ਖਬਰਦਾਰ ਜੇ ਮੇਰੀ ਬੀਵੀ ਦੇ ਬਾਰੇ ਚੱਕ ਲਫਾਜ਼ ਵੀ ਬੋਲਿਆ ਉਹ ਦੱਸਾਂ ਤੇਰੀ ਬੁੱਢੀ ਉਹ ਵੀ ਕੋਈ ਏਡੀ ਨੇਕ ਪ੍ਰਵੀਨ ਨਹੀਂ ਚਲੋ ਤੁਸੀਂ ਵੀ ਰਹਿਣ ਦਿਓ ਮੈਂ ਵੀ ਨਹੀਂ ਦੱਸਦਾ ਉਹ ਮੈਨੂੰ ਤਾਂ ਦੱਸੋ ਵਿੱਚੋਂ ਆਪਣਾ ਕੀ ਮਸਲਾ ਕੀ ਕੁੜੀ ਤੇਰਾ ਐਕਚੁਅਲੀ ਮੈਂ ਰਾਬੀਆ ਲੈਣ ਆਈ ਆ ਜੇ ਰਾਬੀਆ ਅਰੇਂਜ ਨਾ ਹੋਵੇ ਤੇ ਗਫੂਰ ਦੇ ਦਈਏ ਸ਼ਾਬਾ ਗਫੂਰ ਦੇ ਦਈਏ ਤੇ ਸਾਡਾ ਸ਼ਕੂਰ ਇੱਥੇ ਵਿਹਲਾ ਫਿਰਦਾ ਰਹੇ ਹਾਂ ਗਫੂਰ ਸ਼ਕੂਰ ਦੋਵੇਂ ਹਕੀਮ ਵਾਲੇ ਕੁੱਤਾ ਹਕੀਮ ਦਾ ਕੀ ਮਤਲਬ ਉਹ ਮੇਰੇ ਅੱਬਾ ਜੀ ਦੀ ਪਹਿਲੇ ਹਕੀਮਤ ਦੀ ਦੁਕਾਨ ਸੀ ਦਾਦਾ ਜੀ ਹਕੀਮ ਦੀ ਦੁਕਾਨ ਸੀ ਅਸੀਂ ਲਾੜੇ ਤਿਆਰ ਕਰਦੇ ਸੀ ਹਾਂ ਫਿਰ ਅਸੀਂ 15 ਦਿਨ ਬਾਅਦ ਹੀ ਕੰਮ ਛੱਡ ਦਿੱਤਾ ਉਹ ਇੱਕ ਲਾੜਾ ਦਵਾਈ ਖਾ ਕੇ ਦੱਸ ਦਿਨ ਕਹਿੰਦਾ ਮੇਰੀ ਟਰਾਈ ਲਵੋ ਜੀ ਕਿਹੜਾ ਤੇਰਾ ਰਿੰਗ ਸਿਸਟਮ ਪਾਇਆ ਫਿਰ ਦੇਣੀ ਪਈ ਜੀ ਕੁਰਬਾਨੀ ਫਿਰ ਮੈਂ ਆਪਣਾ ਪੋਤਾ ਉਹਨੂੰ ਦਿੱਤਾ ਲਬਾਰਟਰੀ ਦੇ ਤੌਰ ਤੇ ਇਹ ਦੁਕਾਨ ਬੰਦ ਕਰ ਦਿਓ ਤੁਸੀਂ ਉਹ ਮਹਿਮਾਨ ਜੀ ਜੀ ਕੀ ਪੀਓਗੇ ਅੱਛਾ ਅਨਾਰ ਦਾ ਜੂਸ ਪਿਲਾ ਦਿਓ ਜਾਓ ਪੀਓ